ਸੁੱਟ ਦਿਓ ਪੈਸੇ ਸੱਟਣ ਲੱਗੇ ਸੱਟਣ ਲੱਗੇ ਇਹ ਬੱਤੀ ਕੋਈ ਆਮ ਬੱਤੀ ਨਹੀਂ ਹੈ ਇਹ ਲੋਰੀਆਂ ਦੇ ਦਿਮਾਗ ਦੀ ਬੱਤੀ ਹੈ ਜਿਹੜੀ ਰੋਸ਼ਨ ਹੁੰਦੀ ਹੈ ਰੋਟੀ ਖੁੱਲ੍ਹਣ ਦੇ ਨਾਲ ਲੋਰੀਏ ਰੋਟੀ ਵਾਸਤੇ ਪੂਰਾ ਪੂਰਾ ਦਿਨ ਵੀ ਲੰਮੇ ਪੈ ਸਕਦੇ ਨੇ ਅਤੇ ਅੱਜ ਦਾ ਦਿਨ ਦਾ ਸਟਾਰਟਅਪ ਕੁਛ ਇਸ ਸਮਾਈਲ ਦੇ ਨਾਲ ਮਾਨਾ ਪਕੌੜਿਆਂ ਵਾਲਾ ਇਮਰਾਨ ਬਾਈ ਅਤੇ ਨਾਲ ਉਹਨਾਂ ਦੇ ਬਾਈ ਜਿਹੜੇ ਸਾਰਾ ਦਿਨ ਉਹਨਾਂ ਦੇ ਨਾਲ ਬਿਜ਼ਨਸ ਦੇ ਵਿੱਚ ਹੈਲਪ ਕਰਦੇ ਨੇ ਇਹ ਉਹਨਾਂ ਦੇ ਸੈਕਿੰਡ ਬਾਈ ਯਾਨੀ ਕਿ ਸੈਕਿੰਡ ਕਜ਼ਨ ਉਸ ਤੋਂ ਇਲਾਵਾ ਹੈ ਉਹਨਾਂ ਦਾ ਚੀਕੂ ਜਿਹੜਾ ਸਾਰੀ ਦਿਹਾੜੀ ਲੋਕਾਂ ਨੂੰ ਰੋਟੀ ਖਵਾਉਣ ਦੇ ਵਿੱਚ ਮਸਰੂਫ ਰਹਿੰਦਾ ਹੈ ਅਤੇ 2000 ਰੁਪਇਆ ਦਿਹਾੜੀ ਲੈਂਦਾ ਓਹੋ ਕਾਸ਼ੀ ਬਾਈ ਇਹਨਾਂ ਨੂੰ ਤਾਂ ਅਸੀਂ ਬੋਲ ਹੀ ਗਏ ਇਹ ਉਹ ਹੋਨਿਹਾਰ ਸਾਡੇ ਪਿੰਡ ਦਾ ਸਟੂਡੈਂਟ ਹੈ ਜਿਹੜਾ ਪੜ੍ਹਾਈ ਵੀ ਕਰਦਾ ਪੜ੍ਹਾਈ ਦੇ ਨਾਲ ਨਾਲ ਲੋਕਾਂ ਦਾ ਮੂੰਹ ਵੀ ਮਿੱਠਾ ਕਰਦਾ ਮਠਿਆਈਆਂ ਬਣਾ ਕੇ ਅੱਛਾ ਜੀ ਅੱਜ ਦਾ ਦਿਨ ਕੁਛ ਇਸ ਤਰ੍ਹਾਂ ਸਟਾਰਟ ਹੋਇਆ ਇਹ ਖੜੀ ਆਪਣੀ ਪਜਾਰੋ ਜਿਹਦਾ ਅਸੀਂ ਤੁਹਾਨੂੰ ਪਲੱਗ ਵਹਾਨੇ ਹਾਂ ਪਲੱਗ ਇਹ ਪਲੱਗ ਮੈਂ ਕਾਫੀ ਦਫ਼ਾ ਪਵਾਇਆ ਲੇਕਿਨ ਇਹਦੀ ਕੈਬ ਮੈਂ ਇਸ ਵਾਸਤੇ ਲਾ ਕੇ ਦੁਬਾਰਾ ਰੱਖ ਦਿੱਤੀ ਕਿਉਂਕਿ ਜ਼ਰਾ ਜਿਹਾ ਪਾਣੀ ਪੈਂਦਾ ਮੋਟਰਸਾਈਕਲ ਸਟਾਰਟ ਹੀ ਨਹੀਂ ਹੁੰਦੀ ਕੋਈ ਗੱਲ ਨਹੀਂ ਚਲੋ ਹੁਣ ਜਿਹੜੀ ਇਹਦੀ ਸੂਰਤ ਹਾਲ ਕੁਛ ਇਸ ਤਰ੍ਹਾਂ ਦੀ ਹੈ ਕਿ ਅੱਜ ਇਹਦਾ ਓਪਰੇਟ ਹੋਣ ਵਾਲਾ ਅਤੇ ਦੁਆ ਕਰਨਾ ਓਪਰੇਟ ਕਾਮਯਾਬ ਹੋ ਜਾਵੇ ਓਹੋ ਪੈਸੇ ਤਾਂ ਫੜ ਲਈਏ ਯਾਰ ਓਪਰੇਟ ਵਾਸਤੇ ਇਹ ਰਹਿ ਪੈਸੇ ਮਾੜੇ ਕੁ ਪੈਸੇ ਮਾੜੇ ਬੰਦੇ ਅਤੇ ਮਾੜੇ ਪੈਸੇ ਇਹ ਕੈਬ ਵੀ ਬਹੁਤ ਜ਼ਰੂਰੀ ਹੈ ਜਿਹੜੀ ਕਿ ਸਾਨੂੰ ਕੱਟੇ ਕੁੱਟੇ ਤੋਂ ਬਚਾਏਗੀ ਨਵੀਂ ਤੁਹਾਡਾ ਭਾਈ ਲੈ ਕੇ ਆਇਆ ਉਹ ਸਟੈਂਡ ਵੀ ਬਹੁਤ ਜ਼ਰੂਰੀ ਹੈ ਲਓ ਜੀ ਆਸਮਾਨ ਤਿਆਰ ਹੈ ਹੁਣ ਫੜੋ ਜੀ ਆਹ ਪਿਆ ਜੇ ਟਰਾਊਜ਼ਰ ਆਹ ਪਈ ਜੇ ਸ਼ਰਟ ਨਹੀਂ ਯਾਰ ਮਜ਼ਾ ਨਹੀਂ ਆਇਆ ਦੁਬਾਰਾ ਚਲੋ ਦੁਬਾਰਾ ਇਹ ਪਈ ਜੇ ਸ਼ਰਟ ਅਤੇ ਇਹ ਪਿਆ ਜੇ ਟਰਾਊਜ਼ਰ ਉਹ ਬੂਟ ਵੀ ਨੇ ਇਹ ਜੇ ਮੇਰੇ ਬੂਟ ਇਹ ਵੀ ਪਾਉਣੇ ਬਹੁਤ ਜ਼ਰੂਰੀ ਚਲੋ ਪਾਈਏ ਅਤੇ ਚੱਲੀਏ ਹੈਂਡਸਮ ਗਾਏ ਫੁੱਲ ਔਨ ਰੈਡੀ ਓਹੋ ਸ਼ਾਇਦ ਇੰਗਲਿਸ਼ ਸਾਡੀ ਕਮਜ਼ੋਰ ਹੈ ਚਲੋ ਜੀ ਐ ਨੇ ਨਵੀਦ ਬਾਈ ਸਾਡੇ ਸੱਜਣ ਅਤੇ ਸਾਡੇ ਮਿੱਤਰ ਜਿਹੜੇ ਸਾਡੇ ਨਾਲ ਪੂਰੀ ਖੁਆਰੀ ਖੱਟਦੇ ਨੇ ਅੱਲਾਹ ਇਹਨਾਂ ਨੂੰ ਖੁਸ਼ ਰੱਖੇ ਖੱਜਲ ਖੁਆਰੀ ਸਾਡੇ ਨਾਲ ਬੜੇ ਵੀ ਆਉਂਦੇ ਨੇ ਐਵੇਂ ਬੋਲ ਇਹੀ ਰਿਹਾ ਸੀ ਕਿ ਨਵੀਦ ਬਾਈ ਨੇ ਅਤੇ ਮੋਟਰਸਾਈਕਲ ਹੋ ਗਈ ਹੈ ਨਾਰਾਜ਼ ਹੈ ਕਿਉਂਕਿ ਇਹਦਾ ਓਪਰੇਟ ਹੈ ਉਹਨੂੰ ਪਹਿਲਾਂ ਹੀ ਪਤਾ ਲੱਗ ਗਿਆ ਇਸ ਵਾਸਤੇ ਸਾਨੂੰ ਲੱਗਦਾ ਕਿ ਇਹਨੂੰ ਰੇਟ ਕੇ ਹੀ ਲਿਜਾਣਾ ਪਵੇਗਾ ਪਹਿਲਾ ਸਟੋਪ ਸਾਡਾ ਕਾਸ਼ੀ ਜਲੇਬੀਆਂ ਵਾਲਾ ਜਿਹੜਾ ਕਿ ਸਾਡੇ ਪਿੰਡ ਦੇ ਵਿੱਚ ਜਲੇਬੀਆਂ ਬਹੁਤ ਮਸਤ ਬਣਾਉਂਦਾ ਛੋਟੀ ਜਿਹੀ ਉਮਰ ਦੇ ਵਿੱਚ ਤਾਲੀਮ ਵੀ ਹਾਸਲ ਕਰਦਾ ਅਤੇ ਨਾਲ ਲੋਕਾਂ ਦੇ ਮੂੰਹ ਵੀ ਮਿੱਠੇ ਕਰਦਾ ਕਿਆ ਬਾਤ ਨਵੀਦ ਬਾਈ ਜਿਹੜੇ ਨੇ ਪਿੱਛੇ ਖੜ੍ਹੇ ਜਲੇਬੀਆਂ ਤੱਕ ਰਹੇ ਨੇ ਕਿਉਂਕਿ ਨੀਤਾ ਅਤੇ ਜਲੇਬੀਆਂ ਇੱਕੋ ਸ਼ਾਹੀ ਨੇ ਜਿੱਥੇ ਜਲੇਬੀਆਂ ਨਿਕਲੀਆਂ ਨਹੀਂ ਨੀਤਾ ਉੱਥੇ ਢਿਆ ਨਹੀਂ ਕਾਸ਼ੀ ਬਾਈ ਮਿਹਨਤ ਬਹੁਤ ਕਰ ਰਹੇ ਨੇ ਜਲੇਬੀਆਂ ਬਣਾਉਣ ਦੇ ਵਿੱਚ ਅਤੇ ਇਹਨਾਂ ਦੇ ਵਿੱਚ ਆਪਣੇ ਦਿਲ ਦੇ ਨਾਲ ਮੁਹੱਬਤ ਦਾਖਲ ਕਰਦੇ ਨੇ ਤਾਂ ਕਿ ਲੋਕਾਂ ਨੂੰ ਇਹਦਾ ਮਜ਼ਾ ਵੀ ਆਏ ਨਾ ਕਿ ਸਿਰਫ ਖਿਆਲੀ ਪਲਾਓ ਬਲਕਿ ਦਿਲੋਂ ਮੁਹੱਬਤ ਦੇ ਨਾਲ ਜਲੇਬੀਆਂ ਖੰਡੀਆਂ ਸਨ ਜਲੇਬੀਆਂ ਹਾਏ ਹਾਏ ਮਜ਼ਾ ਆ ਗਿਆ ਹੋ ਅਸੀਂ ਕਿਹਾ ਯਾਰ ਚਲੋ ਕੋਈ ਨਹੀਂ ਮੂੰਹ ਤਾਂ ਮਿੱਠਾ ਕਰੀਏ ਬਾਕੀ ਕੰਮ ਫਿਰ ਹੁੰਦੇ ਰਹਿਣਗੇ ਜਲੇਬੀਆਂ ਬਹੁਤ ਮਜ਼ੇਦਾਰ ਅਤੇ ਮੁਨਾਸਿਬ ਕੀਮਤ 'ਤੇ ਮਿਲਦੀਆਂ ਮਜ਼ਾ ਆ ਗਿਆ ਉਸ ਤੋਂ ਬਾਅਦ ਅਸੀਂ ਗੱਡੀ ਕੱਢ ਕੇ ਅਸੀਂ ਲਈ ਹੈ ਲਿਫਟ ਕਿਹਦੇ ਕੋਲੋਂ ਲਈ ਅਸੀਂ ਨਵੀਲ ਬਾਈ ਨਵੀਲ ਮਲਕ ਨਵੀਲ ਬੋਰਿੰਗ ਸਿਸਟਮ ਇਹਨਾਂ ਦਾ ਇਹਨਾਂ ਕੋਲੋਂ ਲਿਫਟ ਲੈ ਕੇ ਅਸੀਂ ਨਿਕਲੇ ਇੱਥੇ ਜੋਨੀ ਬਾਈ ਅਫਤਾਬ ਬਾਈ ਇਹ ਆਪਣੇ ਕਲਾਸ ਫੈਲੋ ਵੀ ਰਹੇ ਨੇ ਇੱਕ ਜਮਾਤ ਉਸ ਤੋਂ ਇਲਾਵਾ ਆਪਣੇ ਸੱਜਣ ਵੀ ਨੇ ਜਿਹੜੇ ਕਿ ਸਾਨੂੰ ਟੱਕਰ ਗਏ ਰਸਤੇ ਦੇ ਵਿੱਚ ਪੱਠੇ ਲੈਣ ਜਾ ਰਹੇ ਨੇ ਪੱਠੇ ਲੈਣ ਅਤੇ ਮੈਂ ਪੱਠੇ ਪਾ ਕੇ ਸਵੇਰੇ ਵੇਲਾ ਹੋਇਆ ਗੱਲ ਕੋਈ ਨਹੀਂ ਯਾਰ ਭਾਈ ਨੇ ਵਿਚਾਰੇ ਦੇ ਕਿੱਡੇ ਕੋਟੇ ਖੋਲ ਦਿੱਤੇ ਨੇ ਵੇਖੋ ਕੀ ਨੁਕਸ ਨਿਕਲਦਾ ਹਾਂ ਭਾਈ ਕੀ ਨੁਕਸ ਹੈ ਬਣਾ ਲਈ ਹੈ ਨਾ ਹੈ ਯਾਨੀ ਕਿ ਖੋਤੇ ਹੁੰਦੇ ਨਾ ਬਿਹਤਰ ਹੋ ਗਏ ਯਾਰ ਬੰਦੇ ਦੀ ਵੀਡੀਓ ਬਣਾ ਰਿਹਾ ਮੈਨੂੰ ਕਹਿ ਰਹੇ ਯਾਰ ਉਹ ਖੋਤੇ ਨਹੀਂ ਜਾ ਕੇ ਬਣਾ ਖੋਤਾ ਮੇਰੇ ਨਾਲ ਬਹੁਤ ਕਰਦਾ
ਨਹੀਂ ਕਰ ਕੰਮ ਕਿਨੇ ਕਰਾ ਗਿਆ ਨਾ ਰਾਤ ਨੂੰ ਮੁੜਦੇ ਕੋਈ ਨਹੀਂ ਕਰਾਂਗੇ ਨਾ ਕੁਝ ਤਦ ਵਰਡਸ ਯੋਰ ਆਈਡੀਆ ਅਦਰ ਮਾਨ ਯਾਰ ਮੋਟਰਸਾਈਕਲ ਬਾਈਕ ਬਾਈ ਕਰ ਲਈ ਅੰਦਰ ਉਹ 12 ਵੀਲ ਗੋ Through the highways, till my shadow turns to sun rays, and on we'll go. Through the wastelands, through the highways, and on and on. ਐ ਪੱਜੀ ਜਾਂਦੀ ਹੋਈ ਛੋਟੀ ਛੋਟੀ ਫੌਜ ਇੱਕ ਮਹਾਸ ਤੇ ਜਾ ਰਹੀ ਹੈ। ਇਸ ਮਹਾਸ ਨੂੰ ਆਲਮੋਸਟ ਕੀ ਕਿਹਾ ਜਾਂਦਾ? ਹਾਂ, ਜੰਝ ਲੁੱਟਣਾ। ਮੈਂ ਸੋਚਿਆ ਮੈਂ ਵੀ ਚਲਾ ਜਾਵਾਂ। ਓ ਨਹੀਂ ਯਾਰ, ਥੋੜ੍ਹੇ ਵੱਡੇ ਹੋ ਗਏ, ਹੁਣ ਜਾ ਕੇ ਕੀ ਕਰਨਾ ਯਾਰ? ਸਾਨੂੰ ਉਹਨਾਂ ਨੇ ਉਂਝ ਫੜ ਕੇ ਕੁੱਟਣਾ। ਮੈਂ ਕਹਿੰਦਾ ਏਡੇ ਵੱਡੇ ਜੁਆਨ ਜੁੱਟਣ ਦਾ ਹੈ। ਆਪਣੀ ਬਜ਼ਾਰੋ ਖੋਲ੍ਹ ਕੇ ਸਮਾਨ ਫੜਾ ਤਾ ਸਾਡੇ ਹੱਥੀ। ਉਹ ਭਾਈ, ਅਸੀਂ ਤਾਂ ਚੰਗੀ ਭਲੀ ਲੈ ਕੇ ਆਏ ਹਾਂ, ਆ ਕੀ ਕਰਤਾ? ਖੋਲ੍ਹ ਕੇ ਫੜਾ ਤਾ, ਅਸੀਂ ਜਾਓ ਸਹੀ ਕਰਾ ਕੇ ਲਿਆਓ। ਚੰਗਾ ਭਲਾ ਮੋਟਰਸਾਈਕਲ ਤੇ ਗਏ ਆ, ਲਿਫਟ ਲੁਫਟ ਲੈ ਕੇ ਪੈਦਲ ਕਰਤਾ। ਉੱਤੋਂ ਕੋਈ 3000 ਦਾ ਨੁਸਖਾ ਬਣਾ ਦਿੱਤਾ ਨੇ, ਉੱਤੋਂ ਮੋਟਰਸਾਈਕਲ ਖੋਲ੍ਹ ਕੇ ਰਾਤ। ਬਾਈ ਬਾਈ ਖਰਾਦੀਆ, ਇੱਥੇ ਗਏ ਹਾਂ ਯਾਰ, ਇੱਥੋਂ ਜਾ ਕੇ ਕੰਮ ਕਰਾਇਆ, ਅੱਛਾ ਕੰਮ ਹੋਇਆ। ਫਿਰ ਉਸ ਤੋਂ ਇਲਾਵਾ ਉੱਥੇ ਮੈਚ ਵੀ ਲੱਗਾ ਸੀ ਪਾਕਿਸਤਾਨ ਦਾ ਅਤੇ ਕਹਿੰਦਾ ਨਿਊਜ਼ੀਲੈਂਡ ਦਾ। ਹਾਂ, ਨਿਊਜ਼ੀਲੈਂਡ ਦਾ, ਜਿਹੜਾ ਕਿ ਪਾਕਿਸਤਾਨ ਜਿੱਤ ਕੇ ਫਾਈਨਲ 'ਚ ਚਲਾ ਗਿਆ। ਫਾਈਨਲ ਦੇ ਵਿੱਚੋਂ ਵੱਖਰੀ ਗੱਲ, ਅਸੀਂ ਬਾਹਰ ਹੋ ਗਏ ਸੀ, ਕੋਈ ਗੱਲ ਨਹੀਂ। ਅਸੀਂ ਸੋਚਿਆ ਕਿਉਂ ਨਾ ਯਾਰ ਚਾਏ ਪੀ ਜਾਏ, ਮੌਸਮ ਕਾਫੀ ਠੰਡਾ ਹੋ ਗਿਆ ਸੀ। ਇਸ ਵਾਸਤੇ ਅਸੀਂ ਚਾਏ ਦੇ ਨਾਲ ਲੁਤਫ ਅੰਦੋਜ਼ ਹੋਣ ਵਾਸਤੇ ਪਠਾਨ ਬਾਬੇ ਕੋਲ ਚਲੇ ਗਏ। ਪਠਾਨ ਬਾਈ ਬਹੁਤ ਅੱਛੇ ਨਿਕਲੇ ਯਾਰ, ਉਹਨਾਂ ਨੇ ਸਾਨੂੰ ਦੇਖਿਆ ਮੁਸਾਫਿਰ ਲੋਕ ਨੇ, ਪੈਸੇ ਵੀ ਨਹੀਂ ਸੀ ਲੈ ਰਹੇ ਸਾਡੇ ਕੋਲ, ਲੇਕਿਨ ਅਸੀਂ ਦਿੱਤੇ ਕਿਉਂਕਿ ਯਾਰ ਉਹਨਾਂ ਦਾ ਹੱਕ ਬਣਦਾ। ਉਹਨਾਂ ਨੇ ਬੜੀ ਮੁਹੱਬਤ ਦਿਖਾਈ, ਲੇਕਿਨ ਅਸੀਂ ਜ਼ਿੱਦ ਕਰਕੇ ਦਿੱਤੇ। ਅੱਛੀ ਚਾਏ, ਮਜ਼ੇਦਾਰ, ਮਜ਼ਾ ਤਾਂ ਹੋਣਾ ਸੀ, ਕੱਢ ਕੇ ਵਿਖਾ ਨਹੀਂ ਸਕਦੇ, ਹਾਂਜੀ ਕਹਿ ਸਕਦੇ ਕਿ ਬਹੁਤ ਅੱਛੀ, ਲੇਕਿਨ ਹੈ ਵਾਕਈ ਅੱਛੀ। ਅਨਵੀਰ ਭਾਈ ਨੇ ਤਕਲਫ ਕੀਤਾ, ਤਕਲਫ ਨਹੀਂ ਕੀਤਾ, ਪੈਸੇ ਤਾਂ ਮੈਂ ਹੀ ਦੇਣੇ ਨੇ। ਕਾਸ਼ਾ ਛਿੱਕੀ ਚਾਸਾ ਛਿੱਕਣ ਤੋਂ ਬਾਅਦ ਅਸੀਂ ਆਏ, ਕੰਮ ਹੋ ਗਿਆ ਸੀ ਜਿਹੜਾ ਅਸੀਂ ਦੇ ਕੇ ਗਏ ਸੀ। ਹੱਥ ਸਾਫ਼ ਕਰੋ, ਮੈਚ ਤਾਂ ਰਹਿ ਗਿਆ ਵਿੱਚ ਹੀ, ਕਿਉਂਕਿ ਹੁਣ ਸੋਚਿਆ ਜਾ ਕੇ ਗੱਡੀ ਸਹੀ ਕਰਾਈਏ ਅਤੇ ਝੂਲੇ ਮਾਈਆਂ। ਐ ਨੇ ਬਾਈ ਬਾਈ ਆਟੋ ਦੇ ਓਨਰ, ਜਿਨ੍ਹਾਂ ਨੂੰ ਬਾਈ ਬਾਈ ਕਿਹਾ ਜਾਂਦਾ। ਉਸ ਤੋਂ ਬਾਅਦ ਫਾਟਕ ਦੇ ਕੁਛ ਮਨਾਜ਼ਰ ਜਿੱਥੇ ਅਸੀਂ ਫਸ ਗਏ। ਇਹ ਰਹੀਆਂ ਉਹ ਛੋਟੀਆਂ ਛੋਟੀਆਂ ਫੌਜਾਂ ਜਿਹੜੀਆਂ ਮਹਾਸ 'ਤੇ ਗਈਆਂ ਸਨ ਅਤੇ ਮਹਾਸ ਜਿੱਤ ਕੇ ਵੀ ਲੈ ਆਈਆਂ। ਛੋਟੇ ਛੋਟੇ ਬੱਚੇ ਜਿਹੜੇ ਨੇ ਬਈ, 700-800 ਦੀ ਦਿਹਾੜੀ ਲਾ ਕੇ ਆਇਆ ਸੀ ਕਈ। ਅਲਹਮਦੁਲਿਲਾ ਪੜ੍ਹ ਕੇ ਯਹਾਂ ਸੇ ਨਿਕਲੇ, ਤੋ ਵੀ ਹਮਨੇ ਸੋਚਿਆ ਕਿ ਮਾਨਾ ਪਕੌੜਿਆਂ ਵਾਲਾ ਜੋ ਹੈ ਉਸਕੇ ਪਾਸ ਚਲਤੇ। ਇੱਥੇ ਮਾਨਾ ਪਕੌੜਿਆਂ ਵਾਲਾ ਜਿਹੜਾ ਨਾ ਉਹ ਕਾਫੀ ਮਸ਼ਹੂਰ ਹੈਗਾ। ਬੰਦਾ ਕਾਲਖ ਤੇ ਮੋੜ ਤੋਂ ਹੁੰਦਾ ਹੋਇਆ ਨਾਰੰਗ ਮੰਡੀ ਨੂੰ ਜਾਏ ਅਤੇ ਮਾਨੇ ਦੇ ਪਕੌੜੇ ਨਾ ਖਾਏ ਅਤੇ ਫਿਰ ਕੀ ਗੁਜ਼ਰਨਾ ਹੈ। ਨੇ ਮਾਨਾ ਬਾਈ ਪਕੌੜਿਆਂ ਵਾਲੇ, ਇਹ ਸਾਰੇ ਮਿਲ ਜੁਲ ਕੇ ਜਿਹੜਾ ਐਸਾ ਟੇਸਟ ਬਣਾ ਦਿੰਦੇ ਨੇ ਕਿ ਲੋਕ ਜਿਹੜੇ ਨੇ ਇਹਨਾਂ ਦੇ ਪਕੌੜਿਆਂ ਦੇ ਦੀਵਾਨੇ ਨੇ। ਦੂਰੋਂ ਦੂਰੋਂ ਲੋਕ ਆਉਂਦੇ ਨੇ ਮਾਨੇ ਦੇ ਪਕੌੜੇ ਖਾਣ। ਮਾਨਾ ਦੁਕਾਨਦਾਰ ਸਾਡੇ ਪਿੰਡ, ਉਹ ਵੀ ਬੜਾ ਮਸ਼ਹੂਰ 'ਚ, ਅਤੇ ਮਾਨਾ ਪਕੌੜਿਆਂ ਵਾਲਾ ਵੀ ਬੜਾ ਮਸ਼ਹੂਰ। ਮਾਨੇ ਹਰੇ ਸਾਰੇ ਬੜੇ ਮਸ਼ਹੂਰ ਹੁੰਦੇ ਨੇ ਅਤੇ ਮੈਨੂੰ ਲੱਗਦਾ ਹੈ ਕਿ ਸਾਰਾ ਕੁਛ ਇਹਨਾਂ ਬਜ਼ੁਰਗਾਂ ਦੀ ਵਜ੍ਹਾ ਤੋਂ ਕਿ ਜਿਨ੍ਹਾਂ ਦੀਆਂ ਦੁਆਵਾਂ ਦੇ ਨਾਲ ਸਾਰਾ ਕੁਝ ਹੋ ਰਿਹਾ। ਸਭ ਤੋਂ ਮਜ਼ੇਦਾਰ ਜਿਹੜੀ ਗੱਲ ਹੈ ਮਾਨੇ ਦੀ, ਉਹ ਹੈ ਕਿ ਛੋਟੇ ਵੱਡੇ ਆਉਂਦੇ ਨੇ ਪਕੌੜੇ ਖਾਣ, ਲੇਕਿਨ ਜਿਹੜਾ ਵੀ ਆਉਂਦਾ, ਜਿੰਨੇ ਦੇ ਉਹਨੇ ਪਕੌੜੇ ਲੈਣੇ ਨੇ, ਫੋਰ ਐਗਜ਼ਾਮਪਲ 30 ਦੇ 20 ਦੇ, ਉਹਨੇ ਉਂਝ ਖਲੋਤਾ ਖਲੋਤਾ ਫੜ ਕੇ ਵੀ ਖਾ ਜਾਂਦਾ ਅਤੇ ਮਾਨਾ ਕਿਸੇ ਨੂੰ ਨਹੀਂ ਡੱਕਦਾ। ਸ਼ਾਇਦ ਇਸ ਵਜ੍ਹਾ ਤੋਂ ਹੀ ਅੱਲਾ ਇਹਦੇ 'ਤੇ ਰਾਜ਼ੀ ਹੈ। ਚਾਚਾ ਸ਼ਾਮ ਸਵਾਦੀ ਹੈ। ਮਾਨੇ ਦੀ ਇੱਕ ਹੋਰ ਖਾਸ ਗੱਲ, ਕੋਈ ਬੱਚਾ ਵੀ ਆ ਕੇ 10 ਦੇ ਪਕੌੜੇ ਵੀ ਲੈ ਸਕਦਾ, ਲੇਕਿਨ ਅੱਜ ਦੇ ਦੌਰ ਵਿੱਚ 10 ਦਾ ਨਾਨ ਵੀ ਨਹੀਂ ਲੱਗਦਾ।
लेकिन माने दे कोलों दसां दे पकौड़े भी लै सकते। माने को पकौड़े खा के हो गई तसल्ली, पहले पेट पूजा फिर काम पूजा, फिर सोचा ऐसी चलिए हम बाइक जाके ठीक करवाएं। What's left? The storms we chase are leading us, and love is all we'll ever trust. Yeah, no, I don't wanna waste what's left. Hey, इस वक्त है भाई जड़े काम कर रहे हैं गुलाम रजाइना का नाम है। एजुकेशन नहीं है लेकिन वही ना कि पाकिस्तानी आवाम के को दिमाग बहुत है। बस आवाम धक्के क्यों खा रही है, क्यों पीछे रहती जा रही है कि एजुकेशन सिस्टम जोड़ा ना वो ज़्यादा स्ट्रोंग नहीं है। इसकी दुकान जी है ना कालाखत ही रोड के उत्ते बबकवाल के कोल, देखो मुसाफिर भाई भी आते जाते रहते हैं। है कालाखत ही रोड नारंग मंडी रोड है जो कालाखत ही मोड़ तो हों नारंग मंडी की तरफ जाता है। यह ही रोड है जोड़ा नारोवाल भी जाता है, उस तो बाद करतारपुर भी जाता है। ठीक है, इतों गुजरते हैं किसी भाई कोई मसला बने वो गुलाम रजा भाई के नाल जोड़ा रबता कर सकते हैं। लोग सिख बरादरी होगी इधरों गुजर के करतारपुर जाती थी, लेकिन हूँ करतारपुर बॉर्डर जोड़ा खोल दिया गया 2018 तो बाद हूँ जी आवाम उधरों ही बार्डर के जरिए सिख बरा बरादरी जी आ जाती है। लेकिन पहलों जोड़ा यह रोड उतों जाती है बड़ा तरीकी रोड है जोड़ा कि पाक आर्मी ने बनवाया से, लेकिन उस तो बाद इनकी जरूरियात इनकी मसरूफियात बहुत ज़्यादा बढ़ गई, बहुत ज़्यादा जरूरी है इस वक्त है पाक आर्मी वास्ते भी। तो इस इलाके भी मेन रोड कालाखती तो नारंग तक है ही है कब तक जो है वो छुट्टी मिलती है। यहाँ से थकावट सर्दी महसूस हो रही है लग रही है क्योंकि मौसम काफी ठंडा सा हो गया ना। Through the wastelands, through the highways, till my shadow turns to sun rays, and on we'll go. Through the wastelands, through the highways, and on. बाकी वीडियो जी इंशाल्लाह मैं घर जाके बनावगा क्योंकि इतने होगी बैटरी मेरी को मोबाइल नहीं मेरी नहीं मोबाइल की बैटरी होगी तो बाकी वीडियो जी इंशाल्लाह मैं घर जाके सुबह आने लगा करा की बन हेला। शुक्र अल्लाह की यार बाइक जो है वो ठीक हो गई है। अभी आया हूँ आके बाइक खड़ी की है, हूँ मैं सोचा कि चलिए नमाज पढ़े ऐसा दिन जरा सो कुछ इस तरह बाय।